ਦੇ ਕੁੜੀ ਆ, ਸਿਕਿਉਰਿਟੀ ਗਾਰਡ ਦਾ ਕੀ ਆ, ਤਿੰਨ ਦਿਨ ਆਉਂਦਾ ਨੀ, ਚਾਰ ਦਿਨ ਆਉਂਦਾ। ਰਾਤ ਨੂੰ ਸਾਰਿਆਂ ਦੇ ਪੇਗ ਲੱਗੇ ਹੁੰਦੇ ਨੇ, ਚੱਕੇ ਹੁੰਦੇ ਨੇ, ਤੇ ਕੁੜੀਆਂ ਦਾ ਉੱਥੇ ਰਹਿਣਾ ਬਹੁਤ ਔਖਾ ਹੋ ਜਾਂਦਾ। ਸਰਕਾਰ ਤੋਂ ਸਾਡੀ ਪਹਿਲੀ ਮੰਗ ਇਹੀ ਹੈ ਕਿ ਰਾਤ ਨੂੰ ਕੁੜੀਆਂ ਦੀ ਡਿਊਟੀ ਹੋਣੀ ਨਹੀਂ ਚਾਹੀਦੀ, ਜੇ ਹੋਣੀ ਹੈ ਤਾਂ ਉੱਥੇ ਸਿਕਿਉਰਿਟੀ ਗਾਰਡ ਹੋਣਾ ਜ਼ਰੂਰੀ ਹੈ। ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਨਸ਼ੇ ਕਿੰਨੇ ਵੱਧ ਚੁੱਕੇ ਨੇ, ਇਹ ਜੋ ਵੀ ਆਪਣੇ ਕਲਕੱਤੇ ਦੇ ਵਿੱਚ ਰੇਪ ਹੋਇਆ, ਜਿੰਨੇ ਵੀ ਰੇਪ ਹੁੰਦੇ ਨੇ ਜ਼ਿਆਦਾਤਰ ਇਹ ਨਸ਼ੇੜੀ ਬੰਦੇ ਕੰਮ ਕਰਦੇ ਨੇ, ਠੀਕ ਆ, ਦਾਰੂ ਪੀਤੀ ਦੇ ਵਿੱਚ ਇਹ ਕੰਮ ਹੁੰਦੇ ਨੇ। ਦੂਜੀ ਮੰਗ ਜਿਹੜੀ ਹੈਗੀ ਆ, ਸਭ ਤੋਂ ਸਪੈਸ਼ਲ ਮੰਗ ਆ ਜਿਹੜੀ, ਵੀ ਜਿਹੜੀ ਮਹਿਲਾ ਦੀ ਜਾਂਚ ਹੈ, ਤਿੰਨ ਟੈਸਟ ਨੇ, ਕਿਹੜੇ ਕਿਹੜੇ? ਇੱਕ ਤਾਂ TBS, ਇੱਕ ਮੀਮੋਗ੍ਰਾਫੀ, ਇੱਕ TBS ਅਲਟਰਾਸਾਊਂਡ, ਇੱਕ ਜਦੋਂ ਲੇਡੀਜ਼ ਹੋਸਪਿਟਲ 'ਚ ਜਾਂਦੀ ਹੈ, ਜਦੋਂ ਪਿਸ਼ਾਬ ਵਾਲੀ ਪੈਪ ਲਾਉਂਦੇ ਨੇ, ਤਾਂ ਉੱਥੇ ਮੁੰਡਿਆਂ ਦਾ ਸਟਾਫ ਰੱਖਿਆ ਗਿਆ, ਉੱਥੇ ਕੁੜੀਆਂ ਚਾਹੀਦੀਆਂ ਨੇ। ਕਿਉਂਕਿ ਇਹ ਟੈਸਟ ਜਿਹੜੇ ਕਿ ਨਗਰ ਵਸਤਾ ਦੇ ਵਿੱਚ ਕੀਤੇ ਜਾਂਦੇ ਨੇ, ਉੱਥੇ ਕੋਈ MBBS ਡਾਕਟਰ ਨਹੀਂ ਹੁੰਦਾ, ਕੋਈ ਨਹੀਂ ਹੁੰਦਾ, ਉੱਥੇ ਚਾਰ ਚਾਰ ਪੰਜ ਪੰਜ ਹਜ਼ਾਰ ਸੱਤ ਸੱਤ ਹਜ਼ਾਰ 'ਚ ਮੁੰਡੇ ਰੱਖੇ ਹੋਏ ਨੇ। ਉਹ ਕੁੜੀਆਂ ਦੇ ਨਗਨ ਵਸਤਾ ਦੇ ਵਿੱਚ ਟੈਸਟ ਕਰਦੇ ਨੇ, ਉਹ ਗਲਤ ਹਰਕਤਾਂ ਵੀ ਕਰਦੇ ਨੇ, ਬਹੁਤ ਇਹ ਟਾਈਮ ਤੋਂ ਚੱਲ ਰਿਹਾ ਹੈਗਾ, ਇਹ ਪੰਜਾਬ ਦੇ ਵਿੱਚ ਚੱਲ ਰਿਹਾ। ਆਪਣੇ ਵਰਗੇ ਕੀ ਕਰਦੇ ਨੇ, ਬਾਹਰ ਜਾ ਕੇ ਦੇਖਦੇ ਨੇ ਕਿ ਕੁੜੀਆਂ ਪਿੰਡ ਕਾਪੀ ਨਾਲ ਲਿਖ ਰਹੀਆਂ ਨੇ, ਪਰ ਅੰਦਰ ਮੁੰਡੇ ਖੜੇ ਨੇ। ਜਦੋਂ ਹੋਸਪਿਟਲਾਂ ਦੇ ਵਿੱਚ ਡਿਲੀਵਰੀ ਹੁੰਦੀ ਹੈ, ਜਦੋਂ ਬੇਬੀ ਹੁੰਦਾ, ਬਾਹਰਲੀਆਂ ਕੰਟਰੀਆਂ ਦੇ ਵਿੱਚ ਹਸਬੈਂਡ ਕੋਲੇ ਖੜਦਾ ਹੈ, ਪਰ ਇੰਡੀਆ ਦੇ ਵਿੱਚ ਹਸਬੈਂਡ ਕੋਲੇ ਨਹੀਂ ਖੜਨ ਦਿੱਤਾ ਜਾਂਦਾ, ਉੱਥੇ ਅੰਦਰ ਸਿਰਫ ਮੁੰਡੇ ਹੁੰਦੇ ਨੇ। ਹੁਣ ਕਈ ਇੱਦਾਂ ਦੇ ਟੈਸਟ ਨੇ ਕਿ ਕੁੜੀਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ, ਤਾਂ ਉੱਥੇ ਸਿਰਫ ਮੁੰਡੇ ਹੀ ਉੱਥੇ ਖੜੇ ਹੁੰਦੇ ਨੇ, ਕੋਈ MBBS ਡਾਕਟਰ ਨਹੀਂ ਹੁੰਦਾ। ਸਾਡੀ ਮੰਗ ਇਹੀ ਹੈ ਵੀ ਜਦੋਂ ਕੁੜੀਆਂ ਦਾ ਇੱਦਾਂ ਦਾ ਕੋਈ ਟੈਸਟ ਹੁੰਦੇ ਨੇ, ਤਿੰਨ ਤਰ੍ਹਾਂ ਦੇ ਟੈਸਟ ਨੇ, ਮੈਮੋਗ੍ਰਾਫੀ ਅਤੇ TBS ਅਲਟਰਾਸਾਊਂਡ, ਜਾਂ ਜਦੋਂ ਪਿਸ਼ਾਬ ਵਾਲੀ ਪੈਪ ਆਉਂਦੇ, ਤਾਂ ਉੱਥੇ ਸਿਰਫ ਕੁੜੀਆਂ ਦਾ ਸਟਾਫ ਚਾਹੀਦਾ, ਮੁੰਡਿਆਂ ਦਾ ਸਟਾਫ ਹੋਣਾ ਨਹੀਂ ਚਾਹੀਦਾ। ਮੁੰਡਿਆਂ ਦੀ ਜਾਂਚ ਮੁੰਡੇ ਕਰਨ, ਕੁੜੀਆਂ ਦੀ ਕੁੜੀਆਂ ਕਰਨ। ਤੀਜੀ ਸਾਡੀ ਮੰਗ ਇਹ ਹੈ ਵੀ ਜਦੋਂ ਕੁੜੀਆਂ ਨੂੰ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਮੁੰਡੇ ਤੰਗ ਕਰਦੇ ਨੇ, ਤਾਂ ਉਹ ਕਾਲ ਫੋਨ ਕਰਦੀਆਂ ਨੇਗੀਆਂ, ਤਾਂ ਅੱਗੋਂ ਜਦੋਂ ਕਾਲ ਕਰਦੀਆਂ ਨੇ, ਐਮਰਜੈਂਸੀ ਨੰਬਰ ਦਿੱਤੇ ਹੋਏ ਨੇ ਵੀ ਕੁੜੀਆਂ ਤੁਸੀਂ ਇਹਦੇ ਫੋਨ ਕਰਕੇ ਤੁਹਾਡਾ ਹੱਲ ਹੋ, ਤਾਂ ਉੱਥੇ ਮੁੰਡੇ ਫੋਨ ਚੱਕ ਰਹੇ ਨੇ, ਉਹ ਕੁੜੀਆਂ ਕਿਵੇਂ ਦੱਸਣਗੀਆਂ? ਫਿਰ ਅੱਗੇ ਕੀ ਹੁੰਦਾ, ਜਦੋਂ ਕੁੜੀਆਂ ਦੀ ਪ੍ਰੋਬਲਮ ਹੁੰਦੀ ਆ, ਤਾਂ ਥਾਣੇ ਵਿੱਚ ਜਾਂਦੀ ਹੈ, ਕੁੜੀ ਨੂੰ ਕਹਿਣਗੇ ਉਹਦੇ ਮਾਂ ਪਿਓ ਨੂੰ ਬੁਲਾ ਲੈ, ਆਧਾਰ ਕਾਰਡ ਲੈ ਕੇ ਆ ਜਾ, ਤੇਰਾ ਹੱਲ ਕਰ ਦਿੰਦੇ ਹਾਂ। ਉਹਨੇ ਵਿੱਚ ਕੁੜੀ ਦਾ ਮਾਂ ਪਿਓ ਕਹਿੰਦੇ ਨੇ ਵੀ ਤੂੰ ਘਰੀ ਵਜਾ, ਤਾਂ ਕੀ ਕਰਨਾ ਪੜ ਕੇ, ਕੁੜੀ ਨੂੰ ਹਟਾ ਦਿੱਤਾ ਜਾਂਦਾ, ਤਾਂ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਕਾਲ ਸੈਂਟਰ ਜਿਹੜਾ ਕੁੜੀਆਂ ਦਾ ਐਮਰਜੈਂਸੀ ਨੰਬਰ ਆ, ਕੁੜੀਆਂ ਹੀ ਫੋਨ ਚੱਕਣ, ਅਤੇ ਮਹਿਲਾ ਅਫਸਰ ਹੀ ਉਹਨਾਂ ਦੀ ਦੁੱਖ ਪਰੇਸ਼ਾਨੀ ਹੱਲ ਕਰਨ, ਕੁੜੀ ਦੇ ਘਰੇ ਗੱਲ ਪਹੁੰਚੇ ਨਾ, ਅਤੇ ਬਾਹਰ ਦੀ ਬਾਹਰ ਇਹ ਮਸਲੇ ਹੱਲ ਕਰਨ। ਅਸੀਂ ਤਿੰਨ ਮੁੱਦਿਆਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹਾਂ, ਇਹ ਅੱਜ ਸਾਡਾ ਪਹਿਲਾ ਦਿਨ ਹੈ, ਇਹ ਇਸ ਤਰ੍ਹਾਂ ਹੀ ਜੰਗ ਜਾਰੀ ਰਹੂਗੀ। ਬਹੁਤ ਲੋਕਾਂ ਨੂੰ ਨਹੀਂ ਪਤਾ ਸੀਗਾ ਵੀ ਆਹ ਹੋਸਪਿਟਲਾਂ ਦੇ ਵਿੱਚ ਇੱਦਾਂ ਵੀ ਕੰਮ ਹੁੰਦਾ, ਆਹ ਜਿਹੜੇ ਤਿੰਨ ਟੈਸਟ ਨੇ ਇਹ ਇੱਦਾਂ ਹੀ ਹੁੰਦਾ, ਅਤੇ ਕੁੜੀ ਹੁਣ ਵਿਚਾਰੀ ਅੰਦਰ ਜਾ ਕੇ ਕੀ ਦੱਸੇ ਵੀ ਮੇਰੇ ਅੰਦਰ ਕੀ ਹੋਇਆ, ਬਾਹਰ ਉਹਦੇ ਮਾਂ ਜਾਂ ਪਿਓ ਨੂੰ ਬਾਹਰ ਖੜਾ ਦਿੱਤਾ ਜਾਂਦਾ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕੁੜੀ, ਕਿਸੇ ਵੀ ਕੁੜੀ ਦਾ ਟੈਸਟ ਹੁੰਦਾ ਤਾਂ ਤੁਸੀਂ ਉੱਥੇ ਨਾਲ ਖੜੋ, ਇਹ ਡਾਕਟਰੀ ਕਰਦੇ, ਤੁਸੀਂ ਕਹਿੰਦਾ ਬਾਹਰ ਖੜ ਜਾਓ, ਬਾਹਰ ਕਿਉਂ ਖੜ ਜਾਓ ਵੀ, ਕੋਲੇ ਖੜਨ ਦਾ ਹੱਕ ਆ, ਜਾਂ ਉਹਦੀ ਮਾਂ ਜਾਂ ਉਹਦਾ ਹਸਬੈਂਡ ਉਹਦੇ ਕੋਲੇ ਖੜਾ ਹੋਣਾ ਚਾਹੀਦਾ। ਅਸੀਂ ਇਹ ਤਿੰਨ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰਦੇ ਕਰ ਰਹੇ ਹਾਂ ਅਤੇ ਕਰਦੇ ਰਹਾਂ। ਧੰਨਵਾਦ। ਜਿੰਨੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਈ ਸੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਦੂਰੋਂ ਨੇੜੋਂ ਫਿਲਮਾਂ ਦੇਖਦੇ ਹੁੰਦੇ, ਅਮਰੀਸ਼ ਪੁਰੀ ਦੀ ਹੋਈ ਐਕਟਿੰਗ ਜਦੋਂ ਦੇਖਦੇ ਨਾ, ਅਕਸਰ ਹੀ ਉਹਦੇ ਵਿੱਚ ਵਿਲਨ ਬਣਿਆ ਹੁੰਦਾ, ਤੇ ਵਿਲਨ ਬਣਿਆ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਯਾਰ ਬੜਾ ਕਰੂਰ ਬੰਦਾ ਇਹ, ਪਤਾ ਨਹੀਂ ਇੰਨਾ ਮਾੜਾ ਬੰਦਾ ਕਿ ਇਹ ਹਰ ਵਕਤ ਵੀ ਇਹੋ ਜਿਹੀ ਕੰਮ ਕਰਦਾ ਗਾ ਕਿ ਭੱਜ ਭੱਜ ਬੋਲਦਾ, ਵੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇਹ ਅਜਿਹੇ ਹੀ ਸ਼ਖਸ ਹੋਣਾ, ਉਹ ਸਾਡੀ ਜਿਹੜੀ ਭਾਵਨਾ ਗੀ ਉਹ ਬਣ ਜਾਂਦੀ ਹੈਗੀ ਇੱਕ ਐਕਟਰ ਨੂੰ ਲੈ ਕੇ, ਜਦਕਿ ਐਕਟਰ ਦਾ ਜਿਹੜਾ ਅਸਲੀ ਕਿਰਦਾਰ ਹੈ ਉਹਦੇ ਨਾਲ ਦੀ ਟੀਮ ਜਾਣਦੀ ਹੁੰਦੀ ਹੈ, ਉਹਦੇ ਪਿੰਡ ਵਾਸੀ ਜਾਣਦੇ ਹੁੰਦੇ ਨੇ, ਤੇ ਉਹਦੇ ਨਾਲ ਜਿਹੜੇ ਕੰਮ ਕਾਰ ਕਰਦੇ ਨੇ
ਉਹ ਲੋਕਾਂ ਨੂੰ ਪਤਾ ਹੁੰਦਾ ਕਿ ਇਸ ਬੰਦੇ ਦਾ ਕਿਰਦਾਰ ਕੀ ਹੈ। ਸੋਨੇ ਦੇਖੇ ਨੇ ਤੇ ਸਿਨਮਿਆਂ 'ਚ ਬੈਠੇ ਸਿਗਟਾਂ ਪੀਣ ਵਾਲੇ ਮਨ 'ਚ ਚੰਗੇ ਬੰਦੇ ਦੇਖੇ ਨੇ, ਉਹ ਚੀਜ਼ਾਂ ਦੇਖ ਕੇ ਮੇਰਾ ਮਨ ਭਰ ਗਿਆ। ਇਸ ਲਈ ਸੋਨੂੰ ਵੀ ਕੋਈ ਉਹਨਾਂ 'ਚ ਬੇਨਤੀ ਹੈ, ਚੰਗਾ ਮਾੜਾ ਬੰਦਾ ਬੋਲੀ ਤੋਂ ਨਾ ਪਛਾਣੀ, ਸਾਰੇ ਧੀਆਂ ਭੈਣਾਂ ਦੇ ਹੱਕ ਲਈ ਤੁਰੋ। ਜਿਹੜਾ ਮਹਿਲਾ ਸਟਾਫ ਲਈ ਨੇ ਆਵਾਜ਼ ਉਠਾਈ ਆ ਉਹ ਤੁਰੋ, ਤੇ ਲਿਖਾਰੀ ਵੀਰਾਂ ਨੂੰ ਕਹਿੰਦੇ ਜੇ ਤੁਹਾਡੇ 'ਚ ਜੋਸ਼ ਆਈ ਬਣ ਕੇ ਜਿੰਨੇ ਵੀ ਸੁਣਨਗੇ ਤਾਂ ਬਣ ਕੇ ਚੰਗਾ ਗਾਣਾ ਇੱਕ ਧੀਆਂ ਦੇ ਹੱਥ 'ਚ ਆਉਣਾ ਚਾਹੀਦਾ। ਜੇ ਨਹੀਂ ਹੈਗੇ ਥੋੜੇ ਸਮੇਂ 'ਚ ਮੈਂ ਨਾਂ ਵੀ ਲੈ ਕੇ ਪਾਉਂ ਵੀ ਕਿਹੜੇ ਕਿਹੜੇ ਧੀਆਂ ਦੇ ਹੱਕ 'ਚ ਗਾਣਾ। ਸਿਰਫ ਜਿੱਤਾਂ ਦੀਆਂ ਪੱਕਾਂ ਸੜ ਗਈਆਂ ਲੋਕੋ, ਰਿਪ ਕੇਸਾਂ ਦਾ ਇਹ ਰਿਪ ਦੇਸ਼ ਬਣ ਗਿਆ, ਇੱਕ ਦੋ ਨਾਲ ਲਿਸ਼ਟਾਂ ਭਰ ਗਈਆਂ ਲੋਕੋ, ਪੋਸਟਾਂ ਪਾ ਕੇ ਸਰਨਾ ਨੀ ਇਹ ਕੱਟੇ ਪੱਟਣੇ ਪੈਣੇ ਆ, ਉਹ ਮੋਮਬੱਤੀਆਂ ਨਾਲ ਕੱਖ ਨੀ ਹੋਣਾ ਡੰਡੇ ਚੱਕਣੇ ਪੈਣੇ ਆ, ਉਹ ਮੋਮਬੱਤੀਆਂ ਨਾਲ ਕੱਖ ਨੀ ਹੋਣਾ ਡੰਡੇ ਚੱਕਣੇ ਪੈਣੇ ਆ। ਜੇ ਗੱਲ ਤੇਰੇ ਬੱਸੋਂ ਬਾਹਰ ਆ ਸਰਕਾਰੇ ਤਾਂ ਦੱਸ ਦੇ ਫਿਰ ਅਸੀਂ ਤਿਆਰ ਹਾਂ ਸਰਕਾਰੇ, ਅਸੀਂ ਆਪੇ ਜਸਟਿਸ ਕਰ ਲਾਂਗੇ, ਪਾਪੀ ਗੋਡਿਆਂ ਥੱਲੇ ਧਰ ਲਾਂਗੇ, ਅਸੀਂ ਉਸ ਕੌਮ ਦੇ ਜਾਇਆਂ ਦੀ ਅਸੀਂ ਬਾਰਾਂ ਵਾਲੇ ਸਰਦਾਰ ਹਾਂ ਸਰਕਾਰੇ, ਦੱਸ ਕਿੰਨਾ ਚਿਰ ਇਨਸਾਫਾਂ ਲਈ ਸਾਨੂੰ ਝੰਡੇ ਚੱਕਣੇ ਪੈਣੇ ਆ, ਹਮੋਵਤੀਆਂ ਨਾਲ ਕੱਖ ਨੀ ਹੋਣਾ ਡੰਡੇ ਚੱਕਣੇ ਪੈਣੇ ਆ, ਹਮੋਵਤੀਆਂ ਨਾਲ ਕੱਖ ਨੀ ਹੋਣਾ ਡੰਡੇ ਚੱਕਣੇ ਪੈਣੇ। ਰੱਖ ਰਹੇ ਆ ਉਹ ਮੰਗਾਂ ਸਾਡੀਆਂ, ਕੋਈ ਨਜਾਇਜ਼ ਨਹੀਂ, ਜਾਇਜ਼ ਮੰਗਾਂ ਨੇ। ਇਹ ਨਹੀਂ ਹੈਗਾ ਵੀ ਸਰਕਾਰ ਉਹ ਮੰਗਾਂ ਮੰਨਣ ਦੇ ਵਿੱਚ ਸਰਕਾਰ ਨੂੰ ਕੋਈ ਦਿੱਕਤ ਆਊਗੀ ਜ਼ਿਆਦਾ, ਛੋਟੀਆਂ ਛੋਟੀਆਂ ਮੰਗਾਂ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀ ਯਾਰ ਵੇਲੇ ਨੇ ਮੀਂਹ ਪੈਂਦੇ ਚਾਹੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਤੇ ਹੁਣ ਤੁਸੀਂ ਆਪਾਂ ਆਪਣੇ ਘਰਾਂ ਨੂੰ ਜਾ ਸਕਦੇ ਹੋ। ਹੁਣ ਅਗਲਾ ਪ੍ਰੋਟੈਸਟ ਆਪਾਂ ਦੇਖਦੇ ਹਾਂ ਕਿੱਥੇ ਰੱਖਣਾ, ਠੀਕ ਹੈ, ਕਿਉਂਕਿ ਇਹ ਜੰਗ ਲੰਬੀ ਹੈ, ਬਹੁਤ ਟਾਈਮ ਤੱਕ ਚੱਲਣੀ ਹੈ। ਇਹ ਦਾਨੀ ਕਾਨੂੰਨ ਆਪਣੇ ਪਾਸ ਹੋਣੇ ਆਪਾਂ ਚਲਾਉਂਦੇ, ਇਹ ਆਪਾਂ ਹੁਣ ਅੱਗੇ ਆਪਾਂ ਦੇਖਦੇ ਸ਼ਾਇਦ ਆਪਾਂ ਚੰਡੀਗੜ੍ਹ ਰੱਖੀਏ, ਉਹ ਅਸੀਂ ਡੇਟ ਤੁਹਾਨੂੰ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਦੱਸ ਦੇਵਾਂਗੇ। ਧੰਨਵਾਦ ਤੁਹਾਡਾ ਬਹੁਤ ਬਹੁਤ।